ਸਾਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਗੋਵਿੰਦ ਐਗਰੀਕਲਚਰ ਵਰਕਸ ਵਾਲਿਆਂ ਦੀ ਜ਼ੀਰੋ ਡ੍ਰਿੱਲ ਜਿਹਦੇ ਆਪਾਂ ਨੂੰ ਸਬਸਿਡੀ ਵੀ ਅਵੇਲੇਬਲ ਆ ਤਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਆਪਾਂ ਹਿੱਚ ਤੋਂ ਹਿੱਚ ਦੀ ਵਧੀਆ ਤਰੀਕੇ ਦਿੱਤੀ ਹੋਈ ਆ ਹੈਵੀ ਹਿੱਚ ਦਿੱਤੀ ਹੋਈ ਆ ਜੋ ਕਿ ਰੂਪਨ ਰੂਟੋਵੇਟਰ ਸੁਪਰ ਸੀਡਰ ਟਾਈਪ ਵਿੱਚ ਮਿਲਦੀ ਆ ਤੇ ਗ੍ਰੀਨ ਤੇ ਵਾਈਟ ਕਲਰ ਚ ਇਹ ਮਿਲਦੀ ਆ ਸੋਹਣਾ ਰੰਗ ਕੀਤਾ ਹੋਇਆ ਤੇ ਜਿਹੜੀ ਆਪਾਂ ਨੂੰ ਲਿੰਕਾਂ ਵਾਸਤੇ ਕਿੱਲੀਆਂ ਦਿੱਤੀਆਂ ਉਹ ਥੋੜੀਆਂ ਨਾ ਨਾਰਮਲ ਦਿੱਤੀਆਂ ਕਿੱਲੀਆਂ ਨੂੰ ਸਟਾਈਲਿਸ਼ ਨਹੀਂ ਦਿੱਤੀਆਂ ਤੇ ਦੇਖੋ ਤੁਸੀਂ ਸਾਰਾ ਆਵਾਕ ਰੌਂਡ ਕਰ ਰਹੇ ਮੈਂ ਨਾ ਤੁਸੀਂ ਦੇਖ ਲਓ ਵਧੀਆ ਬਣਾਈ ਹੈਗੀ ਬਾਕੀ ਟੋਟਲੀ ਕੋਈ ਇਦਾਂ ਦੀ ਕਮੀ ਨਹੀਂ ਛੱਡੀ ਰੰਗ ਰੁਗਮਣੀ ਤੇ ਜਿਹੜੇ ਨੇਲੇ ਸੋਹਣੀ ਹੈਗੀ ਪਰ ਇਹਦੇ ਵਿੱਚ ਕੁਝ ਕਮੀਆਂ ਵੀ ਨਹੀਂ ਉਹ ਆਪਾਂ ਤੁਹਾਨੂੰ ਦੱਸਦੇ ਆ ਤੇ ਖੁਰਪੇ ਵੀ ਇਹਦੇ ਵਧੀਆ ਨਹੀਂ ਜਿਹਨੂੰ ਆਪਾਂ ਸ਼ੁਰੂਆਈਆਂ ਵੀ ਕਹਿ ਦਿੰਨੇ ਆਗੇ ਤੇ ਉਸ ਤੋਂ ਬਾਅਦ ਇਹਦਾ ਆ ਵੀ ਪਾਉਣਾ ਵਾਲਾ ਸਮੂਥ ਆ ਤੇ ਕਈਆਂ ਦੇ ਇੱਕ ਮਾੜੀ ਕੰਪਨੀ ਤੇ ਲੱਗੇ ਹੁੰਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਹੜਾ ਕਿ ਟਾਈਮ ਨਾਲ ਹੀ ਜਰ ਫੜ ਲੈਂਦਾ ਹੈਗਾ ਤੇ ਜੇ ਗੱਲ ਕਰੀ ਆਪਾਂ ਟੈਂਕੀ ਦੀ ਟੈਂਕੀ ਵੀ ਪੂਰੀ ਸ਼ਖਤ ਦਿੱਤੀ ਹੋਈ ਆ ਕੋਈ ਐਦਾਂ ਮਾੜਾ ਰੰਗ ਨਹੀਂ ਲੱਗ ਰਿਹਾ ਜੇ ਆਪਾਂ ਦੇਖੀਏ ਕੋਈ ਦੇਸੀ ਜੀ ਨਹੀਂ ਕਈ ਦੇਸੀ ਜਿਹਾ ਲੱਗਦੇ ਹੁੰਦੇ ਆ ਦੇਖਣ ਨੂੰ ਪਰ ਇਹ ਉਹਨਾਂ ਵਰਗੀ ਨਹੀਂ ਤੇ ਥੱਲੇ ਇਹਦੇ ਦੋ ਰੋਲਰ ਦਿੱਤੇ ਹੋਏ ਨੇ ਜੋ ਕਿ ਮੈਂਟੇਨ ਰੱਖਦੇ ਨੇ ਦੋਨਾਂ ਪਾਸਾਂ ਦੀ ਉਚਾਈ ਤੇ ਵਿਚਾਲੇ ਪੌਣੀ ਦਿੱਤੀ ਹੋਈ ਆ ਪੌਣੀ ਨੂੰ ਵੀ ਕਵਰ ਕੀਤਾ ਗਿਆ ਹੋਇਆ ਹੈਗਾ ਚੈਨ ਨੂੰ ਪਰ ਇਹਦੇ 베ARING ਇੱਕ ਸਾਈਡ ਦਿੱਤਾ ਗਿਆ ਡਬਲ 베ARING ਨਹੀਂ ਹੈਗੀ ਤੇ ਜਿਹੜੀ ਇਹਦੀ ਸ਼ਾਫਟ ਆ ਉਹ ਵੀ ਇਹਨਾਂ ਨੇ ਨੰਗੀ ਰੱਖ ਰੱਖੀ ਆ ਕੋਈ ਕਵਰ ਨਹੀਂ ਦਿੱਤਾ ਤੇ ਸਪਰਿੰਗ ਵਾਲੀਆਂ ਪੈਪਾਂ ਦਿੱਤੀਆਂ ਤੇ ਪਿਸਤੌਲ ਵੀ ਇਹਨਾਂ ਨੇ ਨੋਰਮਲ ਕੁਆਲਟੀ ਦੇ ਦਿੱਤੇ ਹੋਏ ਨੇ ਤੇ 베어ਿੰਗ ਘੱਟ ਲੱਗੇ ਨੇ ਮੈਥੋਂ ਕਮੀ ਮਾਦਾਂ ਇਹਦੀ ਕਿਉਂਕਿ ਡਬਲ 베어ਿੰਗ ਦੇਣਾ ਚਾਹੀਦਾ ਸੀ ਇਹਨਾਂ ਨੂੰ ਪਾਉਣੀ ਵਾਲੀ ਸਾਈਡ ਦੇ ਉੱਤੇ ਕਵਰ ਵੀ ਤੇ ਨੀਚੇ ਵੀ ਆਪਾਂ ਨੂੰ ਸਿੰਗਲ ਬੋਲਟ ਵਾਲੀਆਂ ਟਾਈਨ ਆ ਮਿਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੇ ਆਪਾਂ ਬੈਕ ਦੀ ਗੱਲ ਕਰੀਏ ਇਧਰ ਸਾਈਡ ਤੇ ਵੀ ਇਧਰੋਂ ਚੇਨ ਕਵਰ ਸਾਰਾ ਕਵਰ ਕੀਤਾ ਗਿਆ ਤਾਂ ਕਿ ਕਿਸੇ ਦਾ ਹੱਥ ਨਾਵੇ ਜਾਂ ਕੋਈ ਮਿੱਟੀ ਮੁੱਟੀ ਨਾ ਲੱਗੇ ਛੇਤੀ ਤੇ ਪਿੱਛੋਂ ਵੀ ਤੁਸੀਂ ਦੇਖ ਲਓ ਪਿੱਛੇ ਇਹ ਨਿਸ਼ਾਨ ਲਾਉਣ ਵਾਲਾ ਜਿੱਥੇ ਕਿ ਆਪਾਂ ਟਾਇਰ ਚਲਾਉਣਾ ਹੁੰਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਉੱਤੇ ਬੈਠ ਚੜ੍ਹਨ ਨੂੰ ਵੀ ਜਗ੍ਹਾ ਬਣਾਈ ਹੋਈ ਆ ਪਿੱਛੇ ਜਗ੍ਹਾ ਦਿੱਤੀ ਹੋਈ ਆ ਪਰ ਇਹਦੀ ਟੈਂਕੀ ਮੈਨੂੰ ਕੋਈ ਖਾਸ ਚੰਗੀ ਨਹੀਂ ਲੱਗੀ ਕਿਉਂਕਿ ਉਤਲਾ ਜਿਹੜਾ ਇਹਦਾ ਢੱਕਣਗਾ ਉਹ ਜ਼ਿਆਦਾ ਹੈਵੀ ਨਹੀਂ ਹੈਗਾ ਸੀ ਨਾ ਅੜੀ ਇਹਨਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਚੀਜ਼ੇ ਇਦਾਂ ਦੀ ਬਣਾਓ ਜਿਹੜੀ ਸਖਤ ਵੀ ਹੋਵੇ ਪਰ ਕੁੱਲ ਮਿਲਾ ਕੇ ਇਹ ਆਪਣੇ ਪ੍ਰਾਈਸ ਰੇਂਜ ਦੇ ਹਿਸਾਬ ਨਾਲ ਜੀਰੋ ਡ੍ਰਿਲ ਵਧੀਆ ᱜੀ ਵਧੀਆ ਕੰਮ ਕਰਦੀ ਹੈ ਤੁਸੀਂ ਬਾਕੀ ਦੇਖ ਰਹੇ ਹੋ ਪਿਸਤੌਲ ਵਗੈਰਾ ਸਭ ਕੁਝ ਇਹ ਕੋਈ ਵਿਦਆਊਟ ਬਿਲਡਿੰਗ ਹੈ ਘੱਟ ਤੋਂ ਘੱਟ ਬਿਲਡਿੰਗ ਹੋਈ ਹੈ ਸਾਰੀ ਨਟਾਂ ਤੇ ਹੈਗੀ ਜੋ ਕਿ ਅੱਜ ਕੱਲ ਹਰ ਕੋਈ ਆਪਣੀ ਇਹ ਨਟਾਂ ਦੀ ਬਣਾਉਂਦਾ ਹੈਗਾ ਤਾਂ ਕਿ ਜੇ ਕੋਈ ਆਪਣਾ ਸਪेयर ਪਾਰਟ ਖਰਾਬ ਵੀ ਹੁੰਦਾ ਤਾਂ ਸਾਰੀ ਮਸ਼ੀਨਾਂ ਚੱਕਣੀ ਪਵੇ ਓਨਾਂ ਕ ਖੋਲ ਕੇ ਜਾਂ ਓਨਾਂ ਕ ਸਪੇਅਰ ਪਾਰਟ ਆਪਾਂ ਲਿਆ ਸਕੀਏ ਤੇ ਸਾਈਡ ਤੇ ਵੀ ਗੋਬਿੰਦੇ ਮਾਰਕਟ ਲੱਗੇ ਨੇ ਤੇ ਟੈਂਕਤੀ ਇਹ ਤੇ ਜਿਹੜਾ ਇਹਦਾ ਸੀਰੀਅਲ ਨੰਬਰ ਹੈ ਜਿਹੜਾ ਕਿ ਸਬਸਿਡੀ ਵੇਲੇ ਕੰਮ ਉਹਦਾ ਹੋਆ ਤੇ ਇਧਰ ਇੱਕ ਅਲੱਗ ਪੱਤੀ ਦਿੱਤੀ ਹੋਈ ਹੈ ਜੋ ਕਿ ਨੀਚੋਂ 84 ਨੂੰ ਟੈਂਕੀ ਤੱਕ ਸਪੋਰਟ ਦਿੰਦੀ ਹੈ ਜਿਵੇਂ ਤੁਸੀਂ ਕਾਲੀ ਜੀ ਪੱਤੀ ਦੇਖੀ ਹੋਣਗੇ ਤੇ ਬਾਕੀ ਸਾਨੂੰ ਕਿਵੇਂ ਲੱਗੀ ਇਹ ਜ਼ੀਰੋ ਡ੍ਰਿਲ ਮੈਨੂੰ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਤੇ ਹੋਰ ਬਥੇਰੀਆਂ ਵੀਡੀਓ ਪਈਆਂ ਜਾ ਕੇ ਜਰੂਰ ਦੇਖੋ ਹਰ ਪ੍ਰਕਾਰ ਦੀ ਆਪਣੇ ਚੈਨਲ ਦੀ ਤੁਹਾਨੂੰ ਵੀਡੀਓ